are watching Channel Y. Channel Y, a South Asian Canadian channel. 21 ਸਾਲ ਦੇ ਪਵਿੱਤਰ ਬਾਸੀ ਦਾ ਕਤਲ ਹਾਲ ਹੀ ਦੇ ਵਿੱਚ ਕਰ ਦਿੱਤਾ ਗਿਆ ਸੀਗਾ ਪਵਿੱਤਰ ਬਾਸੀ ਦੇ ਕਤਲ ਦੇ ਉੱਤੇ ਆਧਾਰਿਤ ਇੱਕ ਜਿਹੜਾ ਨਾਟਕ ਹੈਗਾ ਪੰਜਾਬੀ ਆਰਟਸ ਐਸੋਸੀਏਸ਼ਨ ਵੱਲੋਂ ਪੇਸ਼ ਕੀਤਾ ਗਿਆ ਜਿਸ ਨੂੰ ਕਿ ਲੀਡ ਕਰ ਰਹੇ ਸੀਗੇ ਬਲਜਿੰਦਰ ਸਿੰਘ ਲੇਲਣਾ ਔਰ ਉਹਨਾਂ ਦੀ ਟੀਮ ਨੇ ਜਿਹੜਾ ਇਹ ਨਾਟਕ ਪੇਸ਼ ਕੀਤਾ ਉਸ ਨੂੰ ਕਮਿਊਨਿਟੀ ਨੇ ਬੜਾ ਐਪਰੀਸ਼ੀਏਟ ਕੀਤਾ ਸਾਡੀ ਚੈਨਲ ਵਾਈ ਦੀ ਟੀਮ ਉੱਥੇ ਮੌਜੂਦ ਸੀਗੀ ਔਰ ਡਿਟੇਲ ਦੇ ਵਿੱਚ ਆਏ ਹੋਏ ਮਹਿਮਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇਰੀਆਂ ਪਾਲੀ ਭੁਪਿੰਦਰ ਦਾ ਲਿਖਿਆ ਹੋਇਆ ਤੇ ਸਰਵੀਤ ਅਰੋੜਾ ਦਾ ਡਾਇਰੈਕਟ ਕੀਤਾ ਪਲੇ ਤਿਆਰ ਕੀਤਾ ਸੀ ਉਸ ਦਾ ਇੱਕ ਸ਼ੋਅ ਹੋ ਚੁੱਕਿਆ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਲੋਕ ਬਹੁਤ ਹੀ ਪ੍ਰਭਾਵਿਤ ਹੋਏ ਇਸ਼ੂ ਬਹੁਤ ਸਟਰੋਂਗ ਆ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਕੋਈ ਵੀ ਜੇ ਕਰੰਟ ਇਸ਼ੂ ਆ ਉਹਦੇ 'ਤੇ ਗੱਲ ਕਰੀਏ ਇਹਦੇ ਵਿੱਚ ਅਸੀਂ ਟੱਚ ਕਰਨ ਦੀ ਕੋਸ਼ਿਸ਼ ਕੀਤੀ ਜੋ ਵਾਇਲੈਂਸ ਵੱਧ ਰਹੀ ਆ ਮੀਨ ਸਟ੍ਰੀਮ ਦਾ ਵੀ ਇਸ਼ੂ ਆ ਸਾਡੀ ਕਮਿਊਨਿਟੀ ਦਾ ਵੀ ਆ ਇੱਕ ਤਾਂ ਪੁਲਿਸ ਅਤੇ ਗਵਰਨਮੈਂਟ ਕੰਮ ਕਰਦੀ ਆ ਇੱਕ ਸੋਸ਼ਲ ਕਲਚਰਲ ਮੈਡੀਕਲ ਮੈਂਟਲ ਰੀਜਨ ਵੀ ਹੁੰਦਾ ਸੋ ਅਸੀਂ ਉਸ ਤਰ੍ਹਾਂ ਦਾ ਪਲੇ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਆ ਅਤੇ ਇੱਕ ਮਸਲਾ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਆ ਉਠਾਉਣ ਦੀ ਕੋਸ਼ਿਸ਼ ਕੀਤੀ ਆ ਸੋ ਅੱਗੇ ਦੇਖਦੇ ਹਾਂ ਲੋਕ ਇਸ ਨੂੰ ਕਿਸ ਤਰ੍ਹਾਂ ਲੈਂਦੇ ਆ ਅਤੇ ਹੁਣ ਅਸੀਂ ਇਸੇ ਪਲੇ ਦਾ ਤੀਸਰਾ ਸ਼ੋਅ 16 ਸਤੰਬਰ ਨੂੰ ਮਾਰਕਮ ਥੀਏਟਰ ਵਿੱਚ ਕਰਨ ਜਾ ਰਹੇ ਹਾਂ ਇਸ ਦੀ ਜਾਣਕਾਰੀ ਅਸੀਂ ਅੱਗੇ ਜਾ ਕੇ ਵਾਈ ਮੀਡੀਆ ਦੇ ਥਰੂ ਤੁਹਾਨੂੰ ਦਿੰਦੇ ਰਹਾਂਗੇ ਬਟ ਜਿਹੜਾ ਨਾਟਕ ਪਲੇ ਸੀ ਨਾ ਉਹ ਇੱਕ ਬੋਲ ਦੇਖਣ ਯੋਗ ਅਤੇ ਸੁਣਨ ਯੋਗ ਸੀ ਉਹਨੂੰ ਸੁਣ ਕੇ ਆਪਣੇ ਆਪਣੇ ਆਪ ਨੂੰ ਐਂ ਲੱਗਦਾ ਸੀ ਵੀ ਯਾਰ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਇੱਥੇ ਆਏ ਆ ਉਹ ਕਿਸੇ ਨਾ ਕਿਸੇ ਤਰਾਸਦੀ ਦੇ ਸ਼ਿਕਾਰ ਹੋ ਰਿਹਾ ਚਾਹੇ ਉਹ ਪੰਜਾਬੀ ਕਲਚਰ ਇੱਥੇ ਪਹਿਲਾਂ ਲੋਕ ਆਏ ਹੋਏ ਨੇ ਉਹਨਾਂ ਦਾ ਕਹਿ ਲਓ ਜੋ ਆਪਾਂ ਫੀਲਿੰਗ ਕਰਦੇ ਹਾਂ ਵੀ ਇੰਟਰਨੈਸ਼ਨਲ ਸਟੂਡੈਂਟ ਇੱਥੇ ਗੰਦ ਪਾਉਂਦੇ ਆ ਫਲਾਨਾ ਕਰਦੇ ਪਰ ਨਹੀਂ ਕੁਛ ਇਹੋ ਜਿਹਾ ਨੀਗਾ ਬਟ ਆਪਾਂ ਨੂੰ ਉਹਨਾਂ ਨੂੰ ਸਮਝਣ ਦੀ ਇੱਕ ਲੋੜ ਆ ਅਤੇ ਬੱਚਿਆਂ ਨੂੰ ਸਾਰਿਆਂ ਨੂੰ ਪਤਾ ਲੱਗੇ ਮਾਂ ਪਿਓ ਨੂੰ ਪਤਾ ਲੱਗੇ ਵੀ ਅਸੀਂ ਕੀ ਕਰਨਾ ਬੱਚਿਆਂ ਨੂੰ ਕੀ ਸਿਖਾਉਣਾ ਅਤੇ ਬਹੁਤ ਵਧੀਆ ਸ਼ੋਅ ਲੱਗਿਆ ਮੈਸੇਜ ਇਹ ਆ ਕਿ ਬੱਚਿਆਂ ਨੂੰ ਦਿਖਾਲਣ ਵਾਲਾ ਹੈਗਾ ਆ ਬਹੁਤ ਅੱਛਾ ਸ਼ੋਅ ਆ ਕੁਛ ਸਿੱਖ ਕੇ ਗਏ ਆ ਗਵਾ ਕੇ ਨਹੀਂ ਗਏ ਮੁਝੇ ਬੜਾ ਮਜ਼ਾ ਆਇਆ ਦਿਸ ਸ਼ੋਅ ਵਾਸ ਐਕਸਲੈਂਟ ਐਂਡ ਅਬਵ ਆਲ ਦ ਮੈਸੇਜ ਇਟ ਗੇਵ ਇਜ਼ ਵੈਰੀ ਗੁੱਡ ਮੈਨੂੰ ਬਹੁਤ ਅੱਛਾ ਲੱਗਿਆ ਹਰ ਇੱਕ ਕਲਾਕਾਰ ਆਪਣੇ ਆਪਣੇ ਰੋਲ ਦੇ ਵਿੱਚ ਪੂਰੀ ਤਰ੍ਹਾਂ ਪਰਫੈਕਟ ਸੀਗਾ ਇੱਥੇ ਦੀ ਸੁਸਾਇਟੀ ਦੇ ਵਿੱਚ ਮੈਂ ਪਿਛਲੇ 4 ਸਾਲ ਤੋਂ ਦੇਖ ਰਹੀ ਹਾਂ ਕਿ ਮੈਨੂੰ ਬਹੁਤ ਸਾਰੇ ਨੁਕਸ ਦੇਖ ਰਹੇ ਨੇ ਨੋ ਡਾਊਟ ਲੋਕਾਂ ਨੇ ਪੈਸਾ ਬਹੁਤ ਕਮਾਇਆ ਘਰ ਵੱਡੇ ਲੈ ਲਏ ਨੇ ਕਾਰਾਂ ਵੱਡੀਆਂ ਲੈ ਲਈਆਂ ਨੇ ਪਰ ਜੋ ਇਹਨਾਂ ਦੀ ਅਸਲ ਪ੍ਰੋਪਰਟੀ ਇਹਨਾਂ ਦੇ ਬੱਚੇ ਨੇ ਉਹਨਾਂ ਤੋਂ ਬਹੁਤ ਦੂਰ ਹੋ ਗਏ ਨੇ ਇਹ ਡਰਾਮਾ ਦੇਖ ਕੇ ਮੈਨੂੰ ਰੀਅਲੀ ਬਹੁਤ ਗੁੱਡ ਫੀਲ ਹੋਇਆ ਰੀਅਲੀ ਇੰਪ੍ਰੈਸਡ ਬਹੁਤ ਸੋਹਣਾ ਪਲੇ ਸੀਗਾ ਜਿਹੜਾ ਪਰਪਸ ਸੀਗਾ ਜਿਹੜਾ ਉਹਨਾਂ ਦਾ ਮੈਸੇਜ ਸੀਗਾ ਇਟ ਵਾਸ ਵੈਰੀ ਗੁੱਡ ਮੈਸੇਜ ਅਸੀਂ ਕੈਨੇਡਾ ਜਿਸ ਤਰ੍ਹਾਂ ਦੇ ਕੰਟਰੀਜ਼ ਦੇ ਅੰਦਰ ਵੈਸਟਰਨ ਕੰਟਰੀਜ਼ ਆਉਂਦੇ ਹਾਂ ਅਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਜਿਹੜੇ ਹੈਗੇ ਹੈ ਉਹ ਉਹਨਾਂ ਨੂੰ ਕੋਈ ਵੀ ਪ੍ਰੋਬਲਮਸ ਨਾ ਆਉਣ ਕਿਉਂਕਿ ਅਸੀਂ ਸਟਰਗਲ ਕਰ ਰਹੇ ਹੁੰਦੇ ਐਜ਼ ਅ ਫਸਟ ਜਨਰੇਸ਼ਨ ਸਾਨੂੰ ਲੱਗਦਾ ਕਿ ਅਸੀਂ ਬੱਚਿਆਂ ਨੂੰ ਇੱਕ ਚੰਗੀ ਲਾਈਫ ਦੇ ਸਕੀਏ ਬਟ ਵੀ ਮਿਸ ਦੈਟ ਕਿ ਸਿਰਫ ਮਟੀਰੀਅਲ ਥਿੰਗਸ ਦੇ ਨਾਲ ਨਹੀਂ ਸਾਰਾ ਕੁਝ ਹੁੰਦਾ ਯੂ ਡੈਫੀਨੇਟਲੀ ਹੈਵ ਟੂ ਗਿਵ ਦੈਮ ਟਾਈਮ ਕਿਉਂਕਿ ਟਾਈਮ ਜਿਹੜਾ ਸਮਾਂ ਤੁਸੀਂ ਬੱਚਿਆਂ ਨਾਲ ਸਪੈਂਡ ਕਰਦੇ ਹੋ ਉਹ ਉਹਨਾਂ ਵਾਸਤੇ ਜ਼ਿਆਦਾ ਇੰਪੋਰਟੈਂਟ ਹੈ ਅਤੇ ਇਸ ਕਰਕੇ ਉਹ ਆਪਣੇ ਆਪ ਨੂੰ ਇਕੱਲੇ ਮਹਿਸੂਸ ਕਰਦੇ ਆ ਸੋ ਇਹ ਮੈਸੇਜ ਜਿਹੜਾ ਉਹਨਾਂ ਨੇ ਕਨਵੇ ਕਰਿਆ ਥਰੂ ਦਿਸ ਡਰਾਮਾ ਰੀਅਲੀ ਬਹੁਤ ਲਾਊਡ ਐਂਡ ਕਲੀਅਰ ਸੀਗਾ ਹਾਈ ਦਿਸ ਪ੍ਰਿਯੰਕਾ ਚੋਪੜਾ ਐਂਡ ਯੂ ਆਰ ਵਾਚਿੰਗ ਚੈਨਲ Y The biggest South Asian media group, Y Media. Y Media. Y Media. Y Media has newspaper, midweek, radio, South Asian Pulse. Hi, I'm Amitabh Bachchan and you're listening to South Asian Pulse. Hi, this is Amir Khan and you're listening to South Asian Pulse. Television. You are watching Channel Y. Channel Y. Prime Minister, welcome. It's a pleasure to be back. Online, southasiandaily.com. The biggest South Asian media group, Y Media. Y Media. Hi, this is Priyanka Chopra and you are watching Channel Y.